ਗੁੱਡ ਮਾਰਨਿੰਗ ਸਟੂਡੈਂਟਸ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਸਲਾਈਡਸ ਪਹੁੰਚ ਰਹੀਆਂ ਹੋਣਗੀਆਂ ਇੰਗਲਿਸ਼ ਦੀਆਂ ਤਾਂ ਇਹਨਾਂ ਨੂੰ ਆਪਾਂ ਥੋੜਾ ਜਿਹਾ ਐਕਸਪਲੇਨ ਕਰੀਏ ਅੱਜ ਦੀ ਸਲਾਈਡ ਹੈ ਸੈਵਨਥ ਕਲਾਸ ਲਈ ਐਡਵਰਬ ਵੋਟ ਇਜ਼ ਐਡਵਰਬ ਐਨ ਐਡਵਰਬ ਇਜ਼ ਅ ਵਰਡ ਥੈਟ ਡਿਸਕ੍ਰਾਈਬਸ ਅ ਵਰਬ ਐਡਵਰਬ ਕੀ ਹੈ ਐਡਵਰਬ ਉਹ ਵਰਡ ਹੈ ਜਿਹੜਾ ਵਰਬ ਨੂੰ ਡਿਸਕ੍ਰਾਈਬ ਕਰਦਾ ਹੈ ਮਤਲਬ ਵਰਬ ਨੂੰ ਸਾਨੂੰ ਅੱਗੇ ਦੱਸਦਾ ਹੈ ਕਿ ਵਰਬ ਜਿਹੜਾ ਐਕਸ਼ਨ ਹੋ ਰਿਹਾ ਵਰਬ ਹੋ ਰਿਹਾ ਉਹ ਕਿਵੇਂ ਹੋ ਰਿਹਾ ਹੈ ਮੈਨਰ ਦੱਸਦਾ ਹੈ ਕਿ ਵਰਬ ਐਕਸ਼ਨ ਦਾ ਮੈਨਰ ਕੀ ਹੈ ਮਤਲਬ ਕਿਸ ਤਰ੍ਹਾਂ ਕੋਈ ਵੀ ਕਿਰਿਆ ਹੋ ਰਹੀ ਹੈ ਜਿਹੜੀ ਉਹ ਕਿਸ ਤਰ੍ਹਾਂ ਹੋ ਰਹੀ ਹੈ ਹੌਲੀ ਹੋ ਰਹੀ ਹੈ ਤੇਜ਼ ਹੋ ਰਹੀ ਹੈ ਰੈਗੂਲਰਲੀ ਹੋ ਰਹੀ ਹੈ ਕਿਸ ਤਰ੍ਹਾਂ ਹੋ ਰਹੀ ਹੈ ਉਹ वर्ड है जोड़ा स्पेसीफिक वर्ड है जोड़ा आप वर्ब न डिस्क्राइब करने यूज़ करते हैं उन्होंने आप कहने एडवर्ब हम अपने को फस्ट क्वेश्चन है अंडरलाइन द एडवर्ब इन द फॉलोइंग सेंटेंसिज शी स्पीक्स इंग्लिश फलुएंटली इंग्लिश बोलती है अगर आप फलुएटली ना लगाइए आप सिर्फ ये लगाइए शी स्पीकस इंग्लिश इंग्लिश बोलती है she speaks english fluently matlab oh english changitra te tez boldi hai thik hai thik boldi hai fluently matlab bina ruke boldi hai to fluently utthe speaks nu describe karda oh kis tarah boldi hai fluently boldi hai it is raining regularly hun rain ho rahi hai kis tarah ho rahi hai regularly ho rahi hai thik hai to fluently word ho gaya regularly word ho gaya these are adverbs ਠੀਕ ਹੈ ਐਡਵਰਬ ਸਮਝ ਆ ਗਿਆ ਨਾ ਤੁਹਾਨੂੰ ਤਾਂ ਹੁਣ ਅੱਗੇ ਤੁਹਾਡੇ ਕੋਲ ਇਹ ਤਿੰਨ ਐਕਟੀਵिटीज ਨੇ ਫਰਸਟ ਐਕਟੀਵਿਟੀ ਦੇ ਵਿੱਚ ਤੁਸੀਂ ਅੰਡਰਲਾਈਨ ਕਰਨਾ ਐਡਵਰਬਸ ਨੂੰ ਸੈਕਿੰਡ ਦੇ ਵਿੱਚ ਸੈਕਿੰਡ ਐਕਟੀਵਿਟੀ ਦੇ ਵਿੱਚ ਤੁਹਾਡੇ ਕੋਲ ਦੋ ਦੋ ਆਪਸ਼ਨਸ ਦਿੱਤੀਆਂ ਹੋਈਆਂ ਤੁਸੀਂ ਉਹਨਾਂ ਚੋਂ கரੈਕਟ ਆਪਸ਼ਨ ਨੂੰ ਫਿਲ ਅਪ ਫਿਲ ਕਰਨਾ ਹੈ ਠੀਕ ਹੈ ਥਰਡ ਦੇ ਵਿੱਚ ਤੁਸੀਂ ਜਿਹੜੇ ਵਰਡਸ ਬਾਕਸ ਦੇ ਵਿੱਚ ਦਿੱਤੇ ਹੋਏ ਨੇ ਇਹਨਾਂ ਨੂੰ ਯੂਜ਼ ਕਰਨਾ ਐਜ਼ ਐਡਵਰਬ ਔਰ ਇਹਨਾਂ ਦੇ ਵਿੱਚ ਸੈਂਟੈਂਸਸ ਦੇ ਵਿੱਚ ਫਿਲ ਕਰਨਾ ਹੈ ਹੁਣ ਜਿੱਥੇ ਐਲ ਵਾਈ ਲੱਗਦਾ ਹੈ ਜਿਹੜੇ ਆਪਾਂ ਨੂੰ ਐਕਸ਼ਨ ਦੇ ਮੈਨਰ ਦਾ ਦੱਸਦੇ ਨੇ ਐਕਸ਼ਨ ਕਿਵੇਂ ਹੋ ਰਿਹਾ ਹੈ ਠੀਕ ਹੈ ਜਿਹੜੇ ਵਰਡਸ ਐਕਸ਼ਨ ਦੇ ਮੈਨਰ ਦਾ ਦੱਸਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਐਡਵਰਬ ਆਫ ਮੈਨਰ ਇੱਥੇ ਆਪਣੇ ਕੋਲ ਆ ਗਿਆ ਐਡਵਰਬ ਔਰ ਐਡਵਰਬਸ ਆਫ ਫ੍ਰੀਕੁਐਂਸੀ ਫ੍ਰੀਕੁਐਂਸੀ ਦਾ ਮਤਲਬ ਹੈ ਕਿ ਕੋਈ ਵੀ ਕੰਮ ਕਿੰਨੀ ਵਾਰ ਹੁੰਦਾ ਹੈ ਕਦੋਂ ਹੁੰਦਾ ਹੈ ਠੀਕ ਹੈ ਕਿੰਨੇ ਵਾਰ ਹੁੰਦਾ ਤਾਂ ਇਹ ਤੁਹ ਤੁਸੀਂ 3 ਐਕਟੀਵਿਟੀਜ਼ ਨੇ ਜੜੀਆਂ ਇਹ ਫਿਲ ਕਰਨੀਆਂ on the basis of this definition of adverb